ਪਟਿਆਲਾ ਵਿੱਚ ਮਨਿਸਟਰੀਅਲ ਮੁਲਾਜ਼ਮਾਂ ਤੇ ਗੁਰੂ ਹਰ ਸਹਾਈ ਵਿੱਚ ਮਜ਼ਦੂਰ ਯੂਨੀਅਨ ਵੱਲੋਂ ਧਰਨਾ। ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਨੂੰ ਲਾਗੂ ਕਰਨ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵੱਲੋਂ ਵੱਖ-ਵੱਖ ਦਫ਼ਤਰਾਂ ਵਿੱਚ ਕਮਲ ਛੋੜ ਹੜਤਾਲ ਕਰਕੇ ਸਰਕਾਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਕਰਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕੀਤਾ ਗਿਆ। ਪਟਿਆਲਾ ਤੋਂ ਅਜੀਤ ਵੈਬ ਟੀਵੀ ਲਈ ਅਮਨਦੀਪ ਸਿੰਘ ਦੀ ਰਿਪੋਰਟ। ਹਾਂਜੀ ਭਾਅ ਜੀ, ਜਿਹੜੀ ਇਹ ਕੰਮ ਛੱਡੋ ਹੜਤਾਲ ਜਾਰੀ ਕੀਤੀ, ਅੱਜ ਤੋਂ ਸ਼ੁਰੂ ਕੀਤੀ ਆ, ਕਿੰਨੇ ਕੁ ਵਿਭਾਗ ਨੇ ਇਹਦੇ ਵਿੱਚ ਅਤੇ ਕੀ ਮੰਗਾਂ ਨੂੰ ਲੈ ਕੇ ਅੱਜ ਆਪਾਂ ਬੈਠੇ? ਇਸ ਮੰਗਾਂ ਜਿਹੜੀਆਂ ਸਾਡੀਆਂ ਨੇ ਉਹ ਆਪਣਾ DA ਦੀ ਕਿਸ਼ਤ ਸਰਕਾਰ ਵੱਲੋਂ ਨਾ ਦੇਣ ਕਾਰਨ, ਪੇ ਕਮਿਸ਼ਨ ਦੀ ਰਿਪੋਰਟ ਨਾ ਦੇਣ ਕਾਰਨ, ਚੋਣਾਂ ਸਮੇਂ ਕੀਤੇ ਵਾਅਦੇ ਲਾਗੂ ਨਾ ਕਰਨ ਕਰਕੇ, ਪੁਰਾਣੀ ਪੈਨਸ਼ਨ ਸਕੀਮ ਜਿਹੜੀ ਸਾਡੀ ਮੰਗ ਵੱਡੀ, ਇਹ ਜਦੋਂ ਵਿਰੋਧੀ ਪਾਰਟੀ 'ਚ ਸੀ ਤਾਂ ਕਹਿੰਦੇ ਸੀ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ, ਉਹ ਲਾਗੂ ਨਹੀਂ ਕੀਤੀ। ਨਵੇਂ ਬੱਚਿਆਂ ਨੂੰ 10-300 'ਤੇ ਭਰਤੀ ਕੀਤਾ ਜਾ ਰਿਹਾ, 2-2 ਸਾਲ ਦੀਆਂ ਇੰਕਰੀਮੈਂਟਾਂ ਵੀ ਦੱਬੀਆਂ ਜਾ ਰਹੀਆਂ ਨੇ। ਇਹਨਾਂ ਸਾਰੀਆਂ ਮੰਗਾਂ ਦੇ ਵਿਰੋਧ 'ਚ ਅੱਜ 45 ਡਿਪਾਰਟਮੈਂਟ ਪੰਜਾਬ ਦੇ ਅਤੇ ਸਿਵਲ ਸੈਕਟਰੀਏਟ ਵੀ ਆਪਣਾ ਅੱਜ ਕਾਲੇ ਬਿੱਲੇ ਲਾਏ ਨੇ ਅਤੇ ਪੰਜਾਬ ਭਰ 'ਚ ਅੱਜ ਸਾਰੇ ਦਫ਼ਤਰਾਂ 'ਚ ਕੰਮ ਬੰਦ ਕੀਤਾ ਜਾ ਰਿਹਾ। ਕਿੰਨੇ ਦਿਨ ਬੰਦ ਰੱਖੋਗੇ ਕੰਮ? ਇਹ ਕੰਮ 3 ਦਿਨ ਬੰਦ ਰਹੂਗਾ, ਸ਼ਨੀ ਐਤਵਾਰ ਵੀ ਵਿੱਚ ਆ, ਇਹਨੂੰ ਰਲਾ ਕੇ ਅਸੀਂ 5 ਦਿਨ ਕੰਮ ਬੰਦ ਰੱਖਾਂਗੇ। ਹਾਂ, ਜਿਹੜਾ ਇੱਕ 6% ਪੇ ਕਮਿਸ਼ਨ ਵਾਲੀ ਤੁਸੀਂ ਗੱਲ ਕਰ ਰਹੇ, ਅਸੀਂ ਉਹਦੀ ਵਿਰੋਧਤਾ ਕਰਦੇ। ਸਾਡਾ DA 16% ਸੀ, 7-18% ਦੀ ਕਿਸ਼ਤ ਦਿੱਤੀ ਗਈ ਆ, ਜਦਕਿ 1-17 ਦੇ ਵਿੱਚ ਸਾਡੀ 3%, 7-17 'ਚ 4%, ਅਤੇ ਉਸ ਤੋਂ ਬਾਅਦ ਦੀਆਂ ਕਿਸ਼ਤਾਂ ਜਿਹੜੀਆਂ ਉਹਨੂੰ ਰੋਕਿਆ ਗਿਆ। ਇਸ ਤੋਂ ਐਂ ਲੱਗਦਾ ਵੀ ਇਹ ਸਾਡੇ ਨਾਲ ਧੋਖਾ ਕੀਤਾ ਗਿਆ। ਨਹੀਂ, ਉਹਦਾ ਨੋਟੀਫਿਕੇਸ਼ਨ ਤਾਂ ਜਾਰੀ ਹੋਇਆ ਨਹੀਂ ਹੈ, ਜਿਹੜੀ ਪੇ ਕਮਿਸ਼ਨ ਉਹਦੀ ਸਰਕਾਰ ਨੇ ਵਿਰੋਧਤਾ ਦੇਖ ਕੇ ਸ਼ਾਇਦ ਰੋਕ ਲਿਆ ਹੋਵੇ। ਕੋਈ ਹਜੇ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ, ਹੁੰਦਾ ਕੋਈ ਮੁਲਾਕਾਤ ਵਗੈਰਾ? ਨਹੀਂ, ਕੱਲ੍ਹ ਇਹਨਾਂ ਦੇ ਕੁਛ ਅਫਸਰਾਂ ਵੱਲੋਂ ਆਏ ਸੀ, ਪਰ ਅਸੀਂ ਛੋਟੇ ਲੈਵਲ 'ਤੇ ਕੋਈ ਗੱਲ ਨਹੀਂ ਕਰੀ। ਜਿਹੜੀ ਗੱਲ ਜਿਹਨਾਂ ਅਫਸਰਾਂ ਕੋਲ ਕੋਈ ਪਾਵਰ ਹੈ ਨਹੀਂ, ਉਹਨਾਂ ਅਫਸਰਾਂ ਦੇ ਰਾਹੀਂ ਸੁਨੇਹੇ ਲਾਏ ਜਾ ਰਹੇ ਹਾਂ। ਅਸੀਂ ਘੱਟੋ ਘੱਟ ਮੁੱਖ ਮੰਤਰੀ ਜਾਂ ਚੀਫ ਸੈਕਟਰੀ ਨਾਲ ਗੱਲ। ਅੱਜ ਕੰਮਕਾਰ ਫਿਰ ਠੱਪ ਕਿੱਦਾਂ ਹੋਇਆ ਤੁਸੀਂ? ਅੱਜ ਕੰਮਕਾਰ ਪੂਰੀ ਤਰ੍ਹਾਂ ਠੱਪ ਹੈ ਸਾਰੇ ਵਿਭਾਗਾਂ 'ਚ। ਉੱਥੇ ਹੀ ਦੂਜੇ ਪਾਸੇ ਫਿਰੋਜ਼ਪੁਰ ਦੇ ਹਲਕਾ ਗੁਰੂ ਹਰ ਸਹਾਏ ਵਿੱਚ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਨੇ ਆਪਣੀਆਂ ਮੰਗਾਂ ਨੂੰ ਲੈ ਕੇ SDM ਦਫ਼ਤਰ ਦੇ ਬਾਹਰ ਧਰਨਾ ਦਿੱਤਾ ਅਤੇ ਮਜ਼ਦੂਰਾਂ ਵੱਲੋਂ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਗੁਰੂ ਹਰ ਸਹਾਏ ਤੋਂ ਅਜੀਤ ਵੈਬ TV ਲਈ ਕਪਿਲ ਕੰਧਾਰੀ ਦੀ ਰਿਪੋਰਟ। ਅੱਜ ਜਿਹੜਾ ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਨੇ SDM ਦਫ਼ਤਰ ਗੁਰੂ ਹਰ ਸਹਾਏ ਧਰਨਾ ਦਿੱਤਾ, ਉਹਦੇ 'ਚ ਮਜ਼ਦੂਰਾਂ ਦੀਆਂ ਮੰਗਾਂ ਨੇ ਜਿਹੜੀਆਂ 10-10 ਮਰਲੇ ਦੇ ਪਲਾਟ ਔਰ ਘਰ ਬਣਾਉਣ ਲਈ ਜਗ੍ਹਾ, ਪਲਾਟਾਂ ਦੇ ਉੱਪਰ ਜਗ੍ਹਾ, ਮਕਾਨ ਬਣਾਉਣ ਲਈ ਜਿਹੜਾ ਗ੍ਰਾਂਟ ਹੈ, ਬੁਢਾਪਾ ਪੈਨਸ਼ਨ, ਸਗਨ ਸਕੀਮ ਮੌਕੇ 'ਤੇ ਮਿਲਣੀ ਚਾਹੀਦੀ ਆ, ਨਰੇਗਾ ਤਹਿਤ ਜਿਹੜਾ ਕੰਮ ਮਿਲੇ, ਦਿਹਾੜੀ 500 ਮਿਲੇ, ਆਟਾ ਦਾਲ ਸਕੀਮ ਜਿਹੜੀ ਬੰਦ ਹੋਈ ਪਈ ਉਹ ਮਿਲੇ, ਜਿਹੜਾ ਬਿਜਲੀ ਦਾ ਬਿੱਲ ਆਉਣ ਵਾਲੇ ਸਮੇਂ ਸਰਕਾਰ ਲਾਉਣ ਜਾ ਰਹੀ ਮਜ਼ਦੂਰਾਂ ਨੂੰ ਉਹ ਨਾ ਲਾਇਆ ਜਾਵੇ, ਜਿਹੜੀ ਸਬਸਿਡੀ ਬਿਜਲੀ 'ਤੇ ਜਾਰੀ ਰੱਖੀ ਜਾਵੇ,